ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਮੈਥ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਜਿਸ ਦਾ ਨਾਮ ਹੈ ਟਾਈਮ ਐਂਡ ਵਰਕ ਟਾਈਮ ਐਂਡ ਵਰਕ ਦੇ ਵਿੱਚੋਂ ਤੁਸੀਂ ਦੇਖੋ ਹਮੇਸ਼ਾ ਹੀ ਇੱਕ ਸਾਮ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਣਾ ਜੇਕਰ ਤੁਸੀਂ ਇਸ ਦਾ ਇੱਕ ਵਾਰ ਕਨਸੈਪਟ ਸਮਝ ਲਿਨਿਓ ਤਾਂ ਯਕੀਨ ਮੰਨਿਓ ਤੁਸੀਂ ਆਪਣੇ ਆਪ ਸਾਮ ਹੱਲ ਕਰੋਗੇ ਟਾਈਮ ਐਂਡ ਵਰਕ ਦੀ ਜੇਕਰ ਆਪਾਂ ਗੱਲ ਕਰੀਏ ਇਸ ਦੇ ਐਮਸੀਕਿਊ ਜਦੋਂ ਆਪਾਂ ਕਰਾਂਗੇ ਮੈਂ ਨਾਲ ਦੀ ਨਾਲ ਤੁਹਾਨੂੰ ਕਨਸੈਪਟ ਕਲੀਅਰ ਕਰ ਦੂੰਗੀ ਇਸ ਦੇ ਵਿੱਚੋਂ ਤਿੰਨ ਤਰ੍ਹਾਂ ਦੇ ਸਾਮ ਆਉਂਦੇ ਆ ਇੱਕ ਕੀ ਹੁੰਦਾ ਕਿ ਇਕੱਲੇ ਇਕੱਲੇ ਆਦਮੀ ਦੁਆਰਾ ਕੰਮ ਕੀਤਾ ਜਾਂਦਾ ਆਪਾਂ ਲਾਸਟ ਦੇ ਦੱਸਣਾ ਹੁੰਦਾ ਕਿ ਮਿਲ ਕੇ ਕੰਮ ਕਰਨਗੇ ਤਾਂ ਕਿੰਨਾ ਕਿੰਨੇ ਦਿਨਾਂ ਵਿੱਚ ਕੰਮ ਪੂਰਾ ਕਰਨਗੇ ਠੀਕ ਹੈ ਇੱਕ ਟੀਮ ਵਰਕ ਹੋ ਗਿਆ ਇੱਕ ਇਕੱਲੇ ਆਦਮੀ ਦੁਆਰਾ ਕੰਮ ਕੀਤਾ ਜਾਂਦਾ ਇੱਕ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਇਸ ਤਰ੍ਹਾਂ ਦੇ ਸਾਮ ਅਕਸਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਅੱਜ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਤੇ ਟਾਪਿਕ ਤੁਹਾਡੇ ਲਈ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ ਇਹ ਤੁਹਾਨੂੰ ਵੀ ਪਤਾ ਹੈ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਿਓ ਤਾਂ ਸਭ ਤੋਂ ਪਹਿਲਾਂ ਦੇਖੋ ਜੇਕਰ A ਇੱਕ ਕੰਮ ਨੂੰ 30 ਦਿਨਾਂ ਵਿੱਚ ਖਤਮ ਕਰਦਾ ਹੁਣ A ਦਾ ਇੱਕ ਕੰਮ ਕਿੰਨਾ ਵਾ ਇੱਕ ਕੰਮ ਆ ਕੋਈ ਜਿਹਨੂੰ ਉਹ 30 ਦਿਨਾਂ ਦੇ ਵਿੱਚ ਖਤਮ ਕਰ ਦਿੰਦਾ ਤਾਂ ਆਪਾਂ ਦੇਖਦੇ ਹਾਂ A ਦਾ ਇੱਕ ਦਿਨ ਦਾ ਕੰਮ ਕਿਉਂ ਕਿ ਕਿ ਇਹਦਾ ਕਨਸੈਪਟ ਹੁੰਦਾ ਕਿ ਟਾਈਮ ਐਂਡ ਵਰਕ ਇੱਕ ਦੂਜੇ ਦੇ ਓਪੋਜ਼ਿਟ ਹੁੰਦੇ ਆ ਠੀਕ ਹੈ ਤਾਂ ਆਪਾਂ ਕੱਢ ਲਵਾਂਗੇ A ਦਾ ਇੱਕ ਦਿਨ ਦਾ ਕੰਮ ਤੇ ਇੱਕ ਦਿਨ ਦਾ ਕੰਮ ਕਿੰਨਾ ਹੋਊਗਾ A ਦਾ ਇੱਕ ਦਿਨ ਦਾ ਕੰਮ 1/30 ਹੋਊਗਾ ਠੀਕ ਹੈ ਮਤਲਬ ਇੱਕ ਦਿਨ ਦੇ ਵਿੱਚ ਉਹ 1/30 ਕੰਮ ਕਰਦਾ ਵਾ ਮਤਲਬ ਕੀ ਕੰਮ ਦਾ 3/1 ਹਿੱਸਾ ਉਹ ਇੱਕ ਦਿਨ ਦੇ ਵਿੱਚ ਕੰਪਲੀਟ ਕਰ ਦਿੰਦਾ ਕਿਉਂਕਿ ਉਹ ਟੋਟਲ ਕੰਮ ਜੋ 30 ਦਿਨਾਂ ਦੇ ਵਿੱਚ ਖਤਮ ਕਰਦਾ ਠੀਕ ਹੈ ਤਾਂ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ ਇਹਨੂੰ ਆਪਾਂ ਕੀ ਲਿਖਦੇ ਹੁੰਨੇ ਆ ਵਰਕ ਅਪ ਔਨ ਟਾਈਮ ਟਾਈਮ ਕਿੰਨਾ ਦਿੱਤਾ ਹੋਇਆ 30 ਦਿਨ ਦਾ ਵਰਕ ਕਿੰਨਾ ਵਾ 1 ਕਿਉਂਕਿ ਇੱਕ ਕੰਮ ਦਾ ਲਿਖਿਆ ਹੋਇਆ ਹੋਣਾ ਤਾਂ ਸਭ ਤੋਂ ਪਹਿਲਾਂ ਦੇਖੋ ਉਸ ਤੋਂ ਬਾਅਦ ਤੁਹਾਨੂੰ ਲਾਈਨ ਲਿਖੀ ਹੋਣੀ ਕਿ ਬੀ ਉਸੇ ਕੰਮ ਨੂੰ 60 ਦਿਨਾਂ ਵਿੱਚ ਖਤਮ ਕਰ ਦਿੰਦਾ ਸੇਮ ਇੱਥੇ ਵੀ ਤੁਸੀਂ ਐਜ਼ ਇਟ ਇਜ਼ ਲਗਾ ਲੋਗੇ ਕਿ ਬੀ ਦਾ ਇੱਕ ਦਿਨ ਦਾ ਕੰਮ ਬੀ ਦਾ ਇੱਕ ਦਿਨ ਦਾ ਕੰਮ ਤਾਂ ਬੀ ਦਾ ਇੱਕ ਦਿਨ ਦਾ ਕੰਮ ਕੀ ਹੋ ਗਿਆ 1/60 ਠੀਕ ਹੈ ਅੱਗੇ ਦੇਖੋ ਤਾਂ A ਅਤੇ B ਉਸੇ ਕੰਮ ਨੂੰ ਮਿਲ ਕੇ ਕਿੰਨੇ ਦਿਨਾਂ ਵਿੱਚ ਖਤਮ ਕਰਨਗੇ A ਤੇ B ਦੋਵੇਂ ਜਦੋਂ ਰਲ ਕੇ ਕੰਮ ਕਰਨਗੇ ਤਾਂ ਕਿੰਨੇ ਦਿਨ ਲਗਾਉਣਗੇ ਕਿਉਂਕਿ ਟੀਮ ਵਰਕ ਦੇ ਲਈ ਤਾਂ ਹਮੇਸ਼ਾ ਹੀ ਜਿਹੜਾ ਸਮਾਂ ਵਾ ਘੱਟ ਲੱਗਦਾ ਵਾ ਤਾਂ ਸਭ ਤੋਂ ਪਹਿਲਾਂ ਦੇਖੋ ਜਦੋਂ ਮਿਲ ਗਏ ਦੋਨੇ ਜਾਣੇ A B ਹੋਈ ਕੱਢਾਂਗੇ ਨਾ ਮਿਲ ਗਏ ਜੁੜ ਗਏ ਇਕੱਠੇ ਹੋ ਗਏ ਇਹਦਾ ਮਤਲਬ ਕੀ ਹੈ ਅਸੀਂ ਪਲੱਸ ਕਰਨੇ ਆ ਤਾਂ A ਦਾ 1 ਦਿਨ ਦਾ ਕੰਮ 1/30 ਆ B ਦਾ 1 ਦਿਨ ਦਾ ਕੰਮ 1/60 ਆ 60 ਤੇ 30 ਦਾ ਐਲਸੀਐਮ ਦੇਖੋ ਕਿਵੇਂ ਲੈਣਾ ਐਲਸੀਐਮ ਲੈਣ ਦਾ ਮੀਨਿੰਗ ਕੀ ਹੁੰਦਾ ਕਿ ਜਦੋਂ ਅਸੀਂ ਭਟਿਆਂ ਵਾਲੀਆਂ ਰਕਮਾਂ ਨੂੰ ਜੋੜਦੇ ਹਾਂ ਜਾਂ ਘਟਾਉਂ ਕਰਦੇ ਹਾਂ ਤਾਂ ਸਾਡੇ ਕੋਲੇ ਵਾਲਾ ਜਿਹੜਾ ਡਿਨੋਮੀਨੇਟਰ ਆ ਉਹ ਸੇਮ ਹੋਣਾ ਚਾਹੀਦਾ ਠੀਕ ਹੈ ਤਾਂ ਇੱਥੇ ਡਿਨੋਮੀਨੇਟਰ ਸੇਮ ਨਹੀਂਗਾ ਮਤਲਬ ਮੈਂ 30 ਤੋਂ 60 ਬਣਾ ਸਕਦੀ ਹਾਂ ਹੁਣ ਦੇਖੋ 60 ਤੋਂ 30 ਤਾਂ ਨਹੀਂ ਬਣਾ ਸਕਦੀ ਨਾ ਪਰ 60 30 ਤੋਂ ਤਾਂ ਮੈਂ 60 ਤੋਂ ਤਾਂ 30 ਬਣਾ ਸਕਦੀ ਹਾਂ ਨਾ ਮਤਲਬ ਕਿ ਕੀ ਆ ਐਲਸੀਐਮ ਲੈਣ ਦਾ ਮੀਨਿੰਗ ਕੀ ਹੈ ਡਿਨੋਮੀਨੇਟਰ ਸੇਮ ਕਰਨੇ ਆ ਮੈਨੂੰ ਦੋ ਨਾਲ ਮਲਟੀਪਲਾਈ ਕਰ ਰਹੀ ਆ ਮੈਂ ਜੇ ਦੋ ਨਾਲ ਮਲਟੀਪਲਾਈ ਕਰ ਰਹੀ ਆ ਪਰ ਇਹ ਤਾਂ ਕੋਈ ਰੂਲ ਨਹੀਂਗਾ ਮੈਨੂੰ ਉੱਪਰ ਵੀ ਕਰਨੀ ਪੈਣੀ ਆ ਦੋ ਨਾਲ ਦੋ ਕੈਨਸਲ ਹੋ ਜਾਣੇ ਆ ਰਹਿ ਤਾਂ ਤੀਓ ਹੀ ਜਾਣਾ ਤਾਂ ਇਸ ਕਰਕੇ ਮੈਨੂੰ ਲਿਖ ਸਕਦੀ ਆ ਇਦਾਂ ਹੁਣ 1 2 2 3 2 60 1 60 ਹੁਣ ਹੋ ਗਏ ਡਿਨੋਮੀਨੇਟਰ ਸੇਮ ਜਦੋਂ ਡਿਨੋਮੀਨੇਟਰ ਸੇਮ ਹੋ ਗਏ ਤਾਂ ਇਹਨੂੰ ਸਾਰੇ ਦੇ ਹੇਠਾਂ ਲਿਖ ਲਓ ਠੀਕ ਹੈ ਉੱਪਰ ਕੀ ਆ ਦੋ ਜੇ ਪਲੱਸ ਆ ਤਾਂ ਪਲੱਸ ਪਾ ਲਓ ਜੇ ਮਾਈਨਸ ਆ ਤਾਂ ਮਾਈਨਸ ਪਾ ਲਓ ਠੀਕ ਹੈ ਜੀ ਤਾਂ ਹੀ ਬਣ ਗਿਆ ਤੁਹਾਡੇ ਕੋਲੇ 3/60 1 ਤੀਆ 3 ਆ 20 ਤੀਆ 60 ਦਾ ਆਨਸਰ ਆ ਗਿਆ ਤੁਹਾਡੇ ਕੋਲੇ 1/20 ਪਰ ਇਹ ਕੀ ਆਇਆ ਵਾ A ਤੇ B ਦਾ ਮਿਲ ਕੇ 1 ਦਿਨ ਦਾ ਕੰਮ ਆਇਆ ਕਿ 1 ਦਿਨ ਦੇ ਵਿੱਚੋਂ 1/20 ਕੰਮ ਕਰਨਗੇ ਠੀਕ ਹੈ ਆਪਾਂ ਕੀ ਦੱਸਣੇ ਆ ਟੋਟਲ ਨੰਬਰ ਨੰਬਰ ਆਫ ਡੇਸ ਦੱਸਣੇ ਆ ਨਾ ਕਿ ਟੋਟਲ ਨੰਬਰ ਆਫ ਡੇਸ ਕਿੰਨੇ ਆ ਜਦੋਂ ਇਹ ਮਿਲ ਕੇ ਕੰਮ ਕਰਨਗੇ ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ ਆਪਾਂ ਇੱਥੇ 1/30 ਲੈ ਕੇ ਚੱਲੇ ਆ A ਨੇ ਇੱਕ ਕੰਮ ਨੂੰ 30 ਦਿਨਾਂ ਵਿੱਚ ਕੀਤਾ ਮੈਂ 1/30 ਲਿਖਿਆ ਬੀ ਨੇ ਇੱਕ ਕੰਮ ਨੂੰ 60 ਦਿਨਾਂ ਵਿੱਚ ਕੀਤਾ ਮੈਂ 1/60 ਲਿਖਿਆ ਦੋਨਾਂ ਨੇ ਜਦੋਂ ਮਿਲ ਕੇ ਕੰਮ ਕੀਤਾ ਉਹਨਾਂ ਦੀ ਐਫੀਸ਼ੀਐਂਸੀ ਵਧ ਗਈ ਉਹਨਾਂ ਦੀ ਹਿੰਮਤ ਵਧ ਗਈ ਤਾਂ ਉਹਨਾਂ ਨੇ 1/20 ਦਿਨ ਲਾਏ ਜਾਨੀ ਕਿ ਉਹਨਾਂ ਨੇ 20 ਦਿਨਾਂ 'ਚ ਕੰਮ ਖਤਮ ਕਰ ਦਿੱਤਾ ਹੁਣ ਦੋਨਾਂ ਨੇ ਕਿੰਨੇ ਦਿਨਾਂ 'ਚ ਕੰਮ ਖਤਮ ਕੀਤਾ 20 ਦਿਨਾਂ 'ਚ ਤਾਂ ਆਪਸ਼ਨ A ਇੱਥੇ ਰਾਈਟ ਆਨਸਰ ਹੈ ਯਾਦ ਰੱਖੋ ਜਦੋਂ ਤੁਸੀਂ ਇਹ ਵਾਲਾ ਕਨਸੈਪਟ ਕਲੀਅਰ ਕਰਦੇ ਹੋ ਤਾਂ ਇੱਥੇ ਤੁਹਾਡੇ ਕੋਲੇ 1/20 ਬਣ ਗਿਆ ਇੱਥੋਂ ਤਾਂ ਤੁਸੀਂ ਕਹਿ ਦਿੱਤਾ ਕਿ 20 ਦਿਨ ਹੋ ਸਕਦਾ ਤੁਹਾਡੇ ਕੋਲੇ ਇੱਥੇ 3/20 ਬਣ ਜੇ ਫਿਰ ਵੀ ਤੁਸੀਂ ਇਹਨੂੰ ਅਲਟ ਕਰਕੇ ਲਿਖੋਗੇ 20/3 ਲਿਖਣਾ ਸੀ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਜੇ ਭਿੰਨਾ ਚਾਂਸਰ ਦਿੱਤਾ ਹੋਊਗਾ ਮਿਕਸ ਫ੍ਰੈਕਸ਼ਨ ਜ ਤਾਂ ਮਿਕਸ ਫ੍ਰੈਕਸ਼ਨਸ ਕਨਵਰਟ ਕਰ ਦੋਗੇ 6 3 18 ਇਸ ਤਰ੍ਹਾਂ ਠੀਕ ਹੈ ਇਹਨੂੰ ਵੀ ਤੁਸੀਂ ਇਸ ਤਰ੍ਹਾਂ ਕਨਵਰਟ ਕਰਨਾ ਮਤਲਬ ਇਹਦਾ ਰੈਸਿਪਰੋਕਲ ਨਾਲ ਹੀ ਕਰ ਦੇਣਾ ਅਗਲਾ ਸਵਾਲ ਅਸੀਂ ਕਰਦੇ ਹਾਂ ਹਾਂਜੀ ਅਗਲਾ ਸਵਾਲ ਅਸੀਂ ਕਰਦੇ ਹਾਂ ਏ ਬੀ ਅਤੇ ਸੀ ਇੱਕ ਕੰਮ ਨੂੰ 4 ਦਿਨਾਂ ਵਿੱਚ ਖਤਮ ਕਰਦੇ ਆ ਹੁਣ ਏ ਬੀ ਅਤੇ ਸੀ ਮਿਲ ਕੇ ਕਰਦੇ ਆ ਇਕੱਠੇ ਹੋ ਕੇ ਕਰਦੇ ਆ ਮਤਲਬ ਜੁੜ ਕੇ ਕਰਦੇ ਆ ਤਾਂ ਆਪਾਂ ਜੋੜ ਦਵਾਂਗੇ ਏ ਅਤੇ ਬੀ ਅਤੇ ਸੀ ਮਤਲਬ ਇਕੱਠੇ ਹੋ ਕੇ ਕੰਮ ਕਰਦੇ ਹਨਾ ਤਾਂ ਏ ਬੀ ਅਤੇ ਸੀ ਇੱਕ ਕੰਮ ਨੂੰ 4 ਦਿਨਾਂ ਵਿੱਚ ਖਤਮ ਕਰਦੇ ਆ ਮਤਲਬ ਇਕੱਠੇ ਹੋ ਕੇ ਕਰਦੇ ਆ ਇਸ ਕਰਕੇ ਮੈਂ ਵਿੱਚ ਪਲੱਸ ਪਾ ਲਿਆ ਤਾਂ ਇਹਨਾਂ ਦਾ 1 ਦਿਨ ਦਾ ਕੰਮ ਕਿਵੇਂ ਹੋ ਜਾਊਗਾ 1 ਦਿਨ ਦਾ ਕੰਮ 1/4 ਹੋ ਜਾਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕੀ ਆ ਕਿ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ ਤਾਂ ਇਹਨਾਂ ਨੇ ਜਦੋਂ ਮਿਲ ਕੇ ਕੰਮ ਕੀਤਾ ਤਾਂ 1 ਦਿਨ ਦੇ ਵਿੱਚ 1/4 ਕੰਮ ਕਰਤਾ ਠੀਕ ਹੈ ਹੁਣ ਉਸ ਤੋਂ ਬਾਅਦ A ਇਕੱਲਾ ਉਸੇ ਕੰਮ ਨੂੰ 12 ਦਿਨਾਂ ਵਿੱਚ ਕਰਦਾ ਹੁਣ A ਇਕੱਲਾ ਉਸੇ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰਦਾ 12 ਦਿਨਾਂ ਵਿੱਚ A ਦਾ 1 ਦਿਨ ਦਾ ਕੰਮ ਹੋ ਗਿਆ 1/12 ਤੇ B ਇਕੱਲਾ ਉਸੇ ਕੰਮ ਨੂੰ 18 ਦਿਨਾਂ ਵਿੱਚ ਕਰਦਾ ਤਾਂ B ਦਾ 1 ਦਿਨ ਦਾ ਕੰਮ ਹੋ ਗਿਆ 1/18 ਠੀਕ ਹੈ ਤਾਂ ਸੀ ਇਹ ਇਕੱਲਾ ਉਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰੂਗਾ ਅਸੀਂ A ਤੇ B ਦਾ ਇੱਕ ਦਿਨ ਦਾ ਕੰਮ ਕੱਢਾਂਗੇ ਮਤਲਬ ਇਹਨਾਂ ਨੇ ਮਿਲ ਕੇ ਕੰਮ ਕੀਤਾ ਤੇ ਬਣ ਗਿਆ 1/12 1/18 ਕਿਉਂਕਿ ਅਸੀਂ ਇਹਨਾਂ ਦਾ ਮਿਲ ਕੇ ਜੋ ਇਹਨਾਂ ਨੇ ਕੰਮ ਕੀਤਾ ਇੱਕ ਦਿਨ ਦਾ ਉਹ ਕੱਢ ਰਹੇ ਹਾਂ ਠੀਕ ਹੈ ਹੁਣ 12 ਤੇ 18 ਡਿਨੋਮੀਨੇਟਰ ਸੇਮ ਨਹੀਂਗੇ ਜਦੋਂ ਵੀ ਅਸੀਂ ਭਟਿਆਂ ਵਾਲੀ ਰਕਮ ਨੂੰ ਐਡ ਕਰਨਾ ਹੁੰਦਾ ਤਾਂ ਸਾਨੂੰ ਡਿਨੋਮੀਨੇਟਰ ਸੇਮ ਚਾਹੀਦੇ ਆ ਡਿਨੋਮੀਨੇਟਰ ਸੇਮ ਕਰਨ ਦੇ ਲਈ ਅਸੀਂ ਲੈਨੇ ਆ ਐਲਸੀਐਮ ਤਾਂ ਇਹਦੇ ਵਿੱਚ ਦੇਖੋ 12 ਤੇ 18 ਦਾ ਐਲਸੀਐਮ ਕਿ ਹੋਊਗਾ 36 ਹੁਣ ਮੈਨੂੰ ਕਿਵੇਂ ਪਤਾ ਲੱਗਿਆ 36 ਹੋਊਗਾ ਕਿਉਂਕਿ ਦੇਖੋ 18 ਦੇ پہاੜੇ ਵਿੱਚ ਵੱਡਾ ਕਿਹੜਾ ਨੰਬਰ ਆ 18 ਤੁਸੀਂ 18 ਦਾ پہاੜਾ ਰੀਡ ਕਰੋ ਤੁਸੀਂ ਦੇਖੋ ਕਿ ਉਹ ਕਿਹੜਾ ਨੰਬਰ ਆਉਂਦਾ ਜਿਹੜਾ 12 ਚ ਵੀ ਆਵੇ ਤਾਂ 18 1 18 18 2 36 ਮਤਲਬ ਉਹ 36 ਨੰਬਰ ਮਿਲ ਗਿਆ ਮੈਨੂੰ ਜਿਹੜਾ 18 ਚ ਆਉਂਦਾ 2 ਤੇ ਤੇ 12 ਚ ਆਉਂਦਾ 3 ਤੇ ਠੀਕ ਹੈ ਤਾਂ ਇਹਨਾਂ ਦਾ ਡਿਨੋਮੀਨੇਟਰ ਹੁਣ ਕੀ ਹੋ ਜਾਊਗਾ ਸੇਮ ਤਾਂ 3 36 ਪਲੱਸ ਦਾ ਨਿਸ਼ਾਨ ਆ ਤਾਂ ਪਲੱਸ ਪਾ ਲਓ ਫਿਰ ਉੱਪਰ ਆ ਜਾਣਾ ਤੁਹਾਡੇ ਕੋਲ ਇੱਥੇ 2 2 36 ਠੀਕ ਹੈ ਹੁਣ ਡਿਨੋਮੀਨੇਟਰ ਸੇਮ ਹੋ ਗਿਆ ਤਾਂ ਸਾਰੇ ਦੇ ਹੇਠਾਂ ਲਿਖ ਦੋ 3+2 3+2 ਇਹ ਤੁਹਾਡੇ ਕੋਲ ਬਣਿਆ ਨਾ 5/36 ਮਤਲਬ ਕਿ a ਤੇ b ਜਦੋਂ ਮਿਲ ਕੇ ਕੰਮ ਕਰਨਗੇ ਤਾਂ ਉਹ 5/36 ਕੰਮ ਕਰਨਗੇ ਇੱਕ ਦਿਨ ਦੇ ਵਿੱਚ ਠੀਕ ਹੈ ਹੁਣ ਇਹ ਜਿਹੜੀ ਪਹਿਲੀ ਇਕੁਏਸ਼ਨ ਪਈ ਹੈ ਇਹਦੇ 'ਚ ਮੈਂ ਪੁੱਟ ਕਰ ਦਿੰਨੀ ਆ a+b ਕਿੰਨਾ ਆਇਆ 5/36 c ਉਦਾਂ ਹੀ ਰੱਖ ਲਓ ਕਿਉਂਕਿ ਅਸੀਂ ਇਹ ਪਤਾ ਕਰਨਾ ਤੇ 1/4 ਹੁਣ 5/36 ਇੱਧਰ ਕੀ ਆ ਪਲੱਸ ਦਾ ਉਧਰ ਜਾ ਕੇ ਕੀ ਹੋ ਜਾਊਗਾ ਮਾਈਨਸ ਕਿਉਂਕਿ ਮੈਨੂੰ ਕੱਲਾ ਸੀ ਚਾਹੀਦਾ ਜਿਹੜੀ ਚੀਜ਼ ਚਾਹੀਦੀ ਹੁੰਦੀ ਐ ਉਹਨੂੰ ਇੱਕ ਪਾਸੇ ਹੀ ਰੱਖੀਦਾ ਬਾਕੀ ਜੋ ਵੀ ਨਾਲ ਪਿਆ ਉਹਨੂੰ ਦੂਜੇ ਪਾਸੇ ਲੈ ਜਾਓ ਠੀਕ ਐ ਤਾਂ ਇੱਥੇ ਕਿੰਨਾ ਆ ਜਾਊਗਾ ਤੁਹਾਡੇ ਕੋਲੇ 5/36 ਹੁਣ ਫੇਰ ਹੁਣ ਅਸੀਂ ਮਾਈਨਸ ਕਰ ਰਹੇ ਹਾਂ ਭਟਿਆਂ ਵਾਲੀ ਰਕਮ ਨੂੰ ਫੇਰ ਸਾਨੂੰ ਐਲਸੀਐਮ ਲੈਣ ਦੀ ਲੋੜ ਆ ਡਿਨੋਮੀਨੇਟਰ ਸੇਮ ਕਰਨ ਦੀ ਲੋੜ ਆ 4 ਦੇ ਭਾੜੇ 'ਚ 36 ਆਉਂਦਾ ਕਿੰਨੇ ਤੇ ਆਉਂਦਾ 9 ਤੇ ਤਾਂ ਮੈਂ 9 ਨਾਲ ਉੱਪਰ ਵੀ ਮਲਟੀਪਲਾਈ ਕਰਤਾ 9 ਨਾਲ ਹੇਠਾਂ ਵੀ ਇਹ ਬਣ ਗਿਆ 9/36 5/36 ਹੁਣ ਡਿਨੋਮੀਨੇਟਰ ਸੇਮ ਆ ਸਾਰੇ ਦੇ ਹੇਠਾਂ 36 ਲਿਖ ਦੋ 9 5 ਕਿੰਨਾ ਆ ਗਿਆ 4/36 1 ਚੋਕਾ 4 ਚੋਕਾ 9 ਚੋਕਾ 36 ਮਤਲਬ ਇਹ ਜਿਹੜਾ C ਦਾ 1 ਦਿਨ ਦਾ ਕੰਮ ਆ ਉਹ 1/9 ਆ ਤਾਂ C ਆਪਦੇ ਕੰਮ ਨੂੰ 9 ਦਿਨਾਂ ਦੇ ਵਿੱਚ ਖਤਮ ਕਰੇਗਾ ਤਾਂ ਆਪਸ਼ਨ ਨੰਬਰ ਇੱਥੇ C ਰਾਈਟ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਂਜੀ ਅਗਲਾ ਸਵਾਲ ਅਸੀਂ ਕਰਦੇ ਆ ਏ ਅਤੇ ਬੀ ਇੱਕ ਕੰਮ ਨੂੰ ਮਿਲ ਕੇ 18 ਦਿਨਾਂ ਵਿੱਚ ਖਤਮ ਕਰਦੇ ਆ ਹੁਣ ਏ ਤੇ ਬੀ ਇੱਕ ਕੰਮ ਨੂੰ ਮਿਲ ਕੇ 18 ਦਿਨਾਂ ਵਿੱਚ ਖਤਮ ਕਰਦੇ ਆ ਮਿਲ ਕੇ ਮਤਲਬ ਇਕੱਠੇ ਹੋ ਕੇ ਇਕੱਠੇ ਹੋਣ ਦਾ ਮਤਲਬ ਜੁੜ ਕੇ ਪਲੱਸ ਹੋ ਗਏ ਠੀਕ ਹੈ ਤਾਂ ਇੱਕ ਦਿਨ ਦਾ ਕੰਮ ਕਿੰਨਾ ਹੋ ਗਿਆ 1/18 ਕਿਉਂਕਿ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਦੇਖੋ ਵੀ ਉਸ ਤੋਂ ਬਾਅਦ ਅਗਲੀ ਲਾਈਨ b+c ਉਸੇ ਕੰਮ ਨੂੰ 24 ਦਿਨਾਂ ਵਿੱਚ ਖਤਮ ਕਰਦੇ ਆ ਜਦੋਂ b ਦੇ ਨਾਲ ਤੀਜਾ ਬੰਦਾ c ਆ ਜਾਂਦਾ ਤਾਂ ਉਹ ਕੰਮ ਨੂੰ ਕਰਨ ਦੇ ਵਿੱਚ ਕਿੰਨੇ ਦਿਨ ਲਾਉਂਦੇ ਆ 24 ਦਿਨ ਲਾਉਂਦੇ ਆ ਤਾਂ ਇੱਕ ਦਿਨ ਦਾ ਕੰਮ ਹੋ ਗਿਆ 1/24 ਠੀਕ ਹੈ ਅਤੇ c ਅਤੇ a ਉਸੇ ਕੰਮ ਨੂੰ c ਅਤੇ c ਅਤੇ a ਜਦੋਂ ਮਿਲ ਜਾਂਦੇ ਆ ਤਾਂ ਇਹੋ ਸੇ ਕੰਮ ਨੂੰ 1/36 ਦਿਨਾਂ ਦੇ ਵਿੱਚ ਖਤਮ ਕਰਦੇ ਆ 36 ਦਿਨਾਂ ਚ ਖਤਮ ਕਰਦੇ ਆ ਟਾਈਮ ਐਂਡ ਵਰਕ ਇੱਕ ਦੂਜੇ ਦੇ ਓਪੋਜ਼ਿਟ ਹੁੰਦੇ ਆ 1 ਦਿਨ ਦਾ ਕੰਮ ਹੋ ਗਿਆ 1/36 ਹੁਣ ਆਪਾਂ ਕੀ ਲੱਭਣਾ ਕਿ ਤਿੰਨੋਂ ਮਿਲ ਕੇ A ਅਤੇ B C ਤਿੰਨੋਂ ਜਦੋਂ ਮਿਲ ਜਾਣਗੇ ਤਾਂ ਉਦੋਂ ਇਹ ਕੰਮ ਕਿੰਨੇ ਦਿਨਾਂ ਵਿੱਚ ਖਤਮ ਹੋਊਗਾ that means ਆਪਾਂ ਜੋ ਫਾਈਂਡ ਆਊਟ ਕਰਨਾ ਉਹ ਇਹ ਆ ਕਿ A plus, B plus, C this ਤਾਂ ਹੁਣ ਦੇਖੋ ਸਭ ਤੋਂ ਪਹਿਲਾਂ ਜਦੋਂ ਮੈਂ ਇੰਨਾ ਸਾਰਿਆਂ ਨੂੰ ਐਡ ਕਰੂੰਗੀ ਇਹਨੂੰ 1 ਮੰਨ ਲਓ ਇਹਨੂੰ 2 ਮੰਨ ਲਓ ਇਹਨੂੰ 3 ਮੰਨ ਲਓ ਇਹਨਾਂ ਤਿੰਨਾਂ ਨੂੰ ਐਡ ਕਰੂੰਗੀ ਜਿਹੜੇ ਬਰਾਬਰ ਤੋਂ ਖੱਬੇ ਪਾਸੇ ਹੁੰਦੇ ਆ ਉਹ ਖੱਬੇ ਪਾਸੇ ਵਾਲੇ ਆਪਸ 'ਚ ਐਡ ਹੁੰਦੇ ਆ a b ਫਿਰ b c ਫਿਰ ਇਹਨੇ ਪਲੱਸ ਹੋਣਾ c a ਤੇ ਜਿਹੜੇ ਰਾਈਟ ਹੈਂਡ ਸਾਈਡ ਤੇ ਲੈਫਟ ਹੈਂਡ ਸਾਈਡ ਪਏ ਆ ਉਹ ਅਲੱਗ ਆਪਸ 'ਚ ਇਕੱਠੇ ਹੋਣਗੇ ਠੀਕ ਹੈ 1/8 + 1/24 1/ 18 ਸੀ 1/36 ਠੀਕ ਹੈ ਹੁਣ ਦੇਖੋ ਤੁਸੀਂ ਇਹਨਾਂ ਦਾ ਐਲਸੀਐਮ ਕਿੰਨਾ ਬਣੂਗਾ 18 24 ਤੇ 36 ਦਾ ਇਹਦਾ ਆਪਾਂ ਐਲਸੀਐਮ ਲੈ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਇੱਧਰ ਜੇ ਗੱਲ ਕਰੀਏ ਤਾਂ ਦੇਖੋ ਦੋ ਵਾਰ b ਪਈ ਆ ਦੋ ਵਾਰ c ਪਈ ਆ ਤੇ ਦੋ ਵਾਰ a ਪਈ ਆ ਤੇ ਇਹਨੂੰ ਮੈਂ ਇਕੱਠੇ ਕਰਦਾ 2a 2b 2c ਇਹਨਾਂ ਦਾ ਐਲਸੀਐਮ ਜਦੋਂ ਤੁਸੀਂ ਲਓਗੇ ਇਹ ਬਣੂਗਾ ਹੁਣ ਤੁਸੀਂ 24 ਦੇ ਪਹਾੜੇ 'ਚ ਦੇਖੋ ਕਿਹੜਾ ਇਦਾਂ ਦਾ ਨੰਬਰ ਆਉਂਦਾ ਜਿਹੜਾ 18 ਚ ਵੀ ਆਵੇ ਤੇ 36 ਚ ਵੀ ਆਵੇ ਤਾਂ ਕਿਹੜਾ ਨੰਬਰ ਆਹੋ 24 ਨੂੰ ਆਪਾਂ 24 1 24, 24 2 48, 48 3 ਇਹ ਹੁੰਦੇ ਆ ਜੀ 72 ਠੀਕ ਹੈ ਉਸ ਤੋਂ ਬਾਅਦ ਜਦੋਂ ਆਪਾਂ ਇਹਨਾਂ ਦਾ ਐਲਸੀਐਮ 72 ਹੀ ਬਣੂਗਾ ਕਿਉਂਕਿ 72 36 ਦੇ ਭਾੜੇ 'ਚ ਵੀ ਆਉਂਦਾ ਤੇ 18 ਦੇ ਭਾੜੇ 'ਚ ਵੀ ਆਉਂਦਾ ਵਾ ਠੀਕ ਹੈ 18 4 72 ਹੁੰਦਾ ਤਾਂ ਮੈਂ ਇੱਥੇ ਮੈਂ 72 ਬਣਾਉਣ ਲਈ 4 ਨਾਲ ਗੁਣਾ ਕਰ ਦੂੰਗੀ ਇਹਨੂੰ 72 ਬਣਾਉਣ ਦੇ ਲਈ 3 ਨਾਲ ਗੁਣਾ ਕਰ ਦੂੰ ਇਹਨੂੰ 72 ਬਣਾਉਣ ਲਈ 2 ਨਾਲ ਗੁਣਾ ਕਰ ਦਵਾਂਗੀ ਤਾਂ ਇੱਥੇ ਕੀ ਆ ਗਿਆ ਐਲਸੀਐਮ 72 ਠੀਕ ਹੈ ਉੱਪਰ ਵੀ 4 ਨਾਲ ਹੀ ਗੁਣਾ ਕਰੂੰਗੀ 4 3 2 ਐਲਸੀਐਮ ਲੈਣ ਤੋਂ ਬਾਅਦ ਹੋਇਆ ਇਹ ਹੁਣ 7 4 3 7 7 2 9 9 72 ਜੇ ਤੁਸੀਂ ਇਹਨੂੰ ਕੱਟ ਕਰੋਗੇ ਤਾਂ ਇਹ ਤੁਹਾਡੇ ਕੋਲ ਬਣ ਜਾਣਾ 1/8 ਹੁਣ ਦੇਖੋ ਇਹ ਦੋ ਆ ਜਿਹੜਾ ਇਹਨਾਂ ਦੋਨਾਂ ਚ ਕਾਮਨ ਨਿਕਲ ਰਿਆ ਨਾ ਸਾਰਿਆਂ ਚੋਂ a+b+c 1/8 ਹੁਣ a+b+c ਇਹ ਦੋ ਆ ਜਿਹੜਾ ਇਧਰ ਮਲਟੀਪਲਾਈ ਹੋ ਰਿਹਾ ਉਧਰ ਜਾ ਕੇ ਕੀ ਹੋ ਜਾਊਗਾ ਡਿਵਾਈਡ 8 2 1/16 ਮਤਲਬ ਇਹਨਾਂ ਦਾ ਜਿਹੜਾ ਕੰਮ ਆ ਜਦੋਂ ਇਹ ਤਿੰਨੇ ਮਿਲ ਕੇ ਕੰਮ ਕਰਨਗੇ ਤਾਂ 1/16 ਯਾਨੀ ਕਿ 16 ਦਿਨਾਂ ਦੇ ਵਿੱਚ ਕੰਮ ਖਤਮ ਕਰ ਦੇਣਗੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਇਹ ਇੱਕ ਕੰਮ ਨੂੰ 24 ਦਿਨ ਵਿੱਚ ਕਰ ਸਕਦਾ ਹੈ ਤਾਂ ਇਹ ਦਾ ਇੱਕ ਦਿਨ ਦਾ ਕੰਮ ਕਿੰਨਾ ਹੋ ਗਿਆ 1/24 ਕਿਉਂਕਿ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ ਬੀ ਉਸੇ ਕੰਮ ਨੂੰ 16 ਦਿਨਾਂ ਵਿੱਚ ਖਤਮ ਕਰਦਾ ਏ ਤਾਂ ਬੀ ਦਾ ਇੱਕ ਦਿਨ ਦਾ ਕੰਮ ਕਿੰਨਾ ਆ ਗਿਆ 1/16 ਉਹਨੇ ਬੋਲੇਆ ਕਿ ਜਦੋਂ ਸੀ ਦੀ ਮਦਦ ਨਾਲ A B ਜਦੋਂ ਸੀ ਦੀ ਮਦਦ ਮਿਲ ਜਾਂਦੀ ਹੈ ਉਹਨਾਂ ਨੂੰ ਤਾਂ ਏ ਅਤੇ ਬੀ ਉਸ ਕੰਮ ਨੂੰ 8 ਦਿਨਾਂ ਵਿੱਚ ਖਤਮ ਕਰ ਦਿੰਦੇ ਆ ਜਾਨੀ ਕਿ ਜਦੋਂ ਇਹ ਤਿੰਨੇ ਇਕੱਠੇ ਹੋ ਜਾਂਦੇ ਆ ਤਾਂ ਇਹ ਉਸ ਕੰਮ ਨੂੰ 8 ਦਿਨਾਂ ਵਿੱਚ ਖਤਮ ਕਰ ਦਿੰਦੇ ਆ ਤਾਂ ਇਹਨਾਂ ਤਿੰਨਾਂ ਦਾ 1 ਦਿਨ ਦਾ ਕੰਮ ਕਿੰਨਾ ਹੋ ਗਿਆ 1/8 8 ਠੀਕ ਹੈ ਹੁਣ ਏ ਅਤੇ ਬੀ ਇੱਥੇ ਅਸੀਂ ਤਾਂ ਇਕੱਲਾ ਸੀ ਕੱਢਣਾ ਨਾ ਸਾਡੇ ਕੋਲ ਇੱਥੇ ਕੀ ਪਿਆ ਏ ਬੀ ਤਾਂ ਅਸੀਂ ਪਹਿਲਾਂ ਏ ਬੀ ਕੱਢ ਲੈਣੇ ਆ ਏ ਬੀ ਦੇ ਲਈ ਤੁਸੀਂ ਦੇਖੋ 1/24 1/16 ਠੀਕ ਹੈ 1/24 1/16 ਹੁਣ ਦੇਖੋ ਇਹਨਾਂ ਦੋਨਾਂ ਦਾ ਐਲਸੀਐਮ ਕੀ ਬਣੂਗਾ 24 1 24 24 2 48 48 16 ਚ ਵੀ ਆਉਂਦਾ ਵਾ ਠੀਕ ਹੈ ਤਾਂ ਇਹਨਾਂ ਦਾ ਐਲਸੀਐਮ ਕੀ ਬਣੂਗਾ 48 ਇੱਥੇ 48 ਬਣਾਉਣ ਦੇ ਲਈ ਮੈਂ ਇਹਨੂੰ 2 ਨਾਲ ਮਲਟੀਪਲਾਈ ਕਰੂੰਗੀ 16 ਨੂੰ 3 ਨਾਲ ਕਰੂੰਗੀ ਕਿਉਂਕਿ 16 3 48 ਹੁੰਦੇ ਆ ਤਾਂ ਸਾਨੂੰ ਉੱਪਰ ਵੀ ਕਰਨੀ ਪੈਣੀ ਆ ਜੇ ਪਲੱਸ ਦਾ ਸਾਈਨ ਆ ਤਾਂ ਪਲੱਸ ਰੱਖ ਲਓ ਉੱਪਰ ਤੁਹਾਡੇ ਕੋਲ ਇੱਥੇ ਬਣ ਜਾਣਾ 3 ਠੀਕ ਹੈ ਐਲਸੀਐਮ ਆ ਗਿਆ 48 ਐਸ 48 ਆਉਂਦਾ ਮਤਲਬ ਡਿਨੋਮੀਨੇਟਰ ਸੇਮ ਹੋਗੇ ਜਦੋਂ ਡਿਨੋਮੀਨੇਟਰ ਸੇਮ ਹੋ ਜਾਂਦੇ ਆ ਤਾਂ ਤੁਸੀਂ ਸਾਰੇ ਦੇ ਹੇਠਾਂ ਲਿਖ ਸਕਦੇ ਆ ਠੀਕ ਹੈ ਇੱਥੇ ਤੁਹਾਡੇ ਕੋਲ ਬਣ ਗਿਆ 5/48 ਜਾਨੀ ਕਿ ਹੁਣ A+B+C ਆ ਜਿਹੜਾ ਉਹ 1/8 ਆ ਇਹਦੇ ਵਿੱਚ ਅਸੀਂ A+B ਪੁੱਟ ਕਰ ਦਿੰਨੇ ਆ ਕਿੰਨਾ ਆ 5/48 C 1/8 ਹੁਣ ਦੇਖੋ ਇਹ 5/48 ਆ ਜਿਹੜਾ ਇੱਧਰ ਪਲੱਸ ਦਾ ਵਾ ਤਾਂ ਇੱਧਰ ਜਾ ਕੇ ਕੀ ਹੋ ਜਾਊਗਾ ਮਾਈਨਸ ਦਾ ਹੁਣ 86/48 ਵੀ ਤਾਂ ਹੁੰਦੇ ਆ ਨਾ ਕਿਉਂਕਿ ਡਿਨੋਮੀਨੇਟਰ ਸੇਮ ਨਹੀਂ ਹੈ ਡਿਨੋਮੀਨੇਟਰ ਸੇਮ ਕਰ ਲੈਣੇ ਆ ਪਹਿਲਾਂ ਤਾਂ ਸੇ ਨਾਲ ਮੈਂ ਉੱਪਰ ਮਲਟੀਪਲਾਈ ਕਰ ਦੂੰਗੀ 1 6 6 86/48 5/48 ਤਾਂ ਇੱਥੇ ਤੁਹਾਡੇ ਕੋਲੇ ਕੀ ਬਣ ਜਾਣਾ ਵਾ 6 5 48 ਯਾਨੀ ਕਿ 1/48 ਤਾਂ ਮਤਲਬ ਕੀ ਹੈ ਕਿ ਸੀ ਇਕੱਲਾ ਉਸ ਕੰਮ ਨੂੰ 48 ਦਿਨਾਂ ਵਿੱਚ ਖਤਮ ਕਰੂਗਾ ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਸੀ ਤਾਂ ਉਹਨਾਂ ਨਾਲੋਂ ਵੀ ਜ਼ਿਆਦਾ ਸੀ ਦੀ ਜਿਹੜੀ ਕਪੈਸਿਟੀ ਆ ਉਹ ਲੋ ਆ ਕਿਉਂਕਿ ਏ ਇੱਕ ਕੰਮ ਨੂੰ 24 ਦਿਨਾਂ ਵਿੱਚ ਖਤਮ ਕਰ ਰਿਹਾ ਬੀ 16 ਚ ਖਤਮ ਕਰ ਰਿਹਾ ਵਾ ਤਾਂ ਸੀ ਉਹ ਨੂੰ 48 ਚ ਕਰੂਗਾ ਮਤਲਬ ਉਹਦੀ ਕਪੈਸਿਟੀ ਉਹਨਾਂ ਤੋਂ ਵੀ ਥੋੜੀ ਆ ਉਹਦੇ ਚ ਜਿਹੜੀ ਤਾਕਤ ਆ ਉਹ ਇੰਨੀ ਹੈ ਨਹੀਂ ਕੰਮ ਕਰਨ ਦੀ ਠੀਕ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਂਜੀ ਅਗਲਾ ਸਵਾਲ ਅਸੀਂ ਕਰਦੇ ਹਾਂ ਏ ਇੱਕ ਕੰਮ ਨੂੰ 24 ਦਿਨ ਵਿੱਚ ਖਤਮ ਕਰ ਸਕਦਾ ਹੈ ਹੁਣ ਏ ਇੱਕ ਕੰਮ 24 ਦਿਨ ਵਿੱਚ ਖਤਮ ਕਰ ਸਕਦਾ ਮਤਲਬ ਏ ਦਾ ਇੱਕ ਦਿਨ ਦਾ ਕੰਮ ਕਿੰਨਾ ਹੋ ਗਿਆ 1/24 ਉਨੇ ਬੋਲੇਆ ਅਤੇ B ਨਾਲੋਂ B ਜੇਕਰ B A ਨਾਲੋਂ 60% ਜ਼ਿਆਦਾ ਤਾਕਤਵਰ ਆ ਹੁਣ B ਦੇ ਵਿੱਚ ਕਿੰਨੇ ਆ ਜ਼ਿਆਦਾ ਐਫੀਸੈਂਸੀ ਆ ਜ਼ਿਆਦਾ ਹਿੰਮਤ ਆ ਕੰਮ ਕਰਨ ਦੀ ਠੀਕ ਹੈ ਤਾਂ ਜੇਕਰ B ਦੇ B ਦਾ ਸਿਰ ਕੱਟਣਾ ਵਾ ਤਾਂ B ਕਿੰਨੇ ਦਿਨਾਂ ਵਿੱਚ ਕੰਮ ਨੂੰ ਖਤਮ ਕਰੂਗਾ ਪਰ ਕੰਡੀਸ਼ਨ ਕੀ ਦਿੱਤੀ ਆ ਕਿ B A ਨਾਲੋਂ 60% ਜ਼ਿਆਦਾ ਤਾਕਤਵਰ ਆ ਜ਼ਿਆਦਾ ਦੀ ਗੱਲ ਹੋਈ ਆ A ਦੇ A ਕਿੰਨੇ ਕੰਮ ਕਰਦਾ ਇੱਕ ਦਿਨ ਦਾ ਕੰਮ A ਦਾ 1/24 ਆ ਠੀਕ ਹੈ b 60% ਜ਼ਿਆਦਾ ਤਾਕਤਵਰ ਆ ਤਾਂ 100 ਦਾ 60% ਮਤਲਬ 160% ਹੋ ਗਿਆ ਮਤਲਬ 160% ਜ਼ਿਆਦਾ ਤਾਕਤਵਰ ਆ ਜੇ ਉਹਨੇ ਕੀ ਲਿਖਿਆ ਹੁੰਦਾ ਕਿ b a ਨਾਲੋਂ a ਨਾਲੋਂ 60% ਕਮਜ਼ੋਰ ਆ ਤਾਂ ਅਸੀਂ ਉਹ ਮਾਈਨਸ ਕਰ ਦਿੰਦੇ ਤਾਂ ਅਸੀਂ ਇੱਥੇ 40% ਲੈਣਾ ਸੀ 100 ਹੀ ਹੁੰਦਾ ਨਾ ਟੋਟਲ ਪਰਸੈਂਟੇਜ 100 ਦੇ ਵਿੱਚੋਂ ਮੈਂ 60 ਮਾਈਨਸ ਕਰ ਦੇਣਾ ਸੀ 40% ਰਹਿ ਜਾਣਾ ਸੀ ਹੁਣ ਉਹਨੇ ਜ਼ਿਆਦਾ ਕਿਹਾ ਜ਼ਿਆਦਾ ਮਤਲਬ ਐਡ ਕਰਾਂਗੇ ਅਸੀਂ ਤਾਂ ਹੁਣ ਦੇਖੋ ਪਰਸੈਂਟੇਜ ਦਾ ਕੀ ਮਤਲਬ ਹੁੰਦਾ 1/100 ਤਾਂ ਮੈਂ 1/100 ਲਗਾਤਾ 0 ਨਾਲ 0 ਕੈਨਸਲ 5*2=10 8*2=16 ਦੋ ਦੇ ਭਾੜੇ ਤੇ ਕੱਟ ਕਰਦੇ 1 8 8 3 8 24 ਥਈ ਬਣ ਗਿਆ 1/3 5 ਤਾਂ ਇਹ ਕਿੰਨਾ ਬਣ ਗਿਆ 1/15 ਮਤਲਬ ਬੀ ਇਕੱਲਾ ਉਸ ਕੰਮ ਨੂੰ 15 ਦਿਨਾਂ ਦੇ ਵਿੱਚ ਖਤਮ ਕਰੇਗਾ ਇਹ ਹੁਣ ਉਸ ਕੰਮ ਨੂੰ ਦੇਖੋ 24 ਦਿਨ ਲਗਾ ਰਿਹਾ ਸੀ 24 ਤੰਬੀ ਨੇ ਉਹਨੂੰ 15 ਦਿਨਾਂ ਵਿੱਚ ਖਤਮ ਕਰਤਾ ਮਤਲਬ ਇੱਥੋਂ ਪਤਾ ਲੱਗ ਰਿਹਾ ਹੈ ਨਾ ਕਿ ਉਹਦੀ ਹਿੰਮਤ ਜਿਹੜੀ ਕੰਮ ਕਰਨ ਦੀ ਉਹ ਜ਼ਿਆਦਾ ਦੇਖੋ ਕੋਈ ਇੱਕ ਘੰਟਾ ਬੈਠ ਕੇ ਪੜ ਸਕਦਾ ਵਾ ਧਿਆਨ ਨਾਲ ਤੇ ਕੋਈ ਇਸ ਤਰ੍ਹਾਂ ਦਾ ਵੀ ਹੁੰਦਾ ਜਿਹਨੇ ਤਾਂ ਇੱਕ ਘੰਟਾ ਵੀ ਨਹੀਂ ਪੜਿਆ ਜਾਂਦਾ ਇਹ ਆਪੋ ਆਪਣੀ ਹਿੰਮਤ ਹੁੰਦੀ ਆ ਸੇਮ ਉਸੇ ਤਰ੍ਹਾਂ ਕੰਮ ਕਰਨ ਦੀ ਵੀ ਆਪੋ ਆਪਣੀ ਹਿੰਮਤ ਹੁੰਦੀ ਆ ਜੇ ਇਹ ਇੱਕ ਦਿਨ ਇੱਕ ਕੰਮ ਨੂੰ 24 ਦਿਨ ਵਿੱਚ ਖਤਮ ਕਰ ਸਕਦਾ ਤਾਂ ਮੈਂ ਉਹਨੂੰ 15 ਦਿਨਾਂ ਵਿੱਚ ਖਤਮ ਕਰ ਦੂਗਾ ਤੁਸੀਂ ਇਹ ਦੇਖ ਲਿਓ ਜੇਕਰ 24 ਜੇਕਰ ਤੁਹਾਡਾ ਕੰਮ 24 ਤੋਂ ਵੱਧ ਆ ਜਾਂਦਾ ਮੰਨ ਲਓ 30 ਦਿਨ ਆ ਜਾਂਦਾ ਇਹਦਾ ਮਤਲਬ ਤੁਸੀਂ ਗਲਤ ਕੀਤਾ ਕਿਉਂਕਿ ਉਹਦੇ ਤਾਂ 60% ਜ਼ਿਆਦਾ ਤਾਕਤਵਰ ਹੈ ਨਾ ਤਾਂ ਘੱਟ ਸਮਾਂ ਲਾਊਗਾ ਤਾਂ ਉਹ ਤੁਸੀਂ ਦੇਖਣਾ ਆਪੇ ਇਦਾਂ ਨਹੀਂ ਮਤਲਬ ਇਦਾਂ ਸੋਚ ਕੇ ਤੁਸੀਂ ਆਪਣਾ ਆਨਸਰ ਸਹੀ ਕੱਢ ਸਕਦੇ ਹੋ ਨਹੀਂ ਕਰਦਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ